स्वागत है दोस्तों मेरे यूट्यूब चैनल पंजाब विजन ब्लॉग ਦੇ ਵਿੱਚ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆਂ ਆਪਾਂ ਜੋੜੇ ਨਾਲ ਆ ਜਿਹੜੀ ਤੁਸੀਂ ਸ਼ਾਚ ਨਹੀਂ ਦੇਖ ਰਹੇ ਇਹ ਕਬੂਤਰੀ ਹੈ ਤੇ ਆ ਕਾਲਦੁੰਬਾ ਜਿਹੜਾ ਕਬੂਤਰ ਹੈ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਕਬੂਤਰ ਦਾ ਸ਼ੌਂਕ ਕਰਾਉਣੇ ਆ ਫਿਰ ਆਪਾਂ ਤੁਹਾਨੂੰ ਕਬੂਤਰੀ ਦਾ ਸ਼ੌਂਕ ਕਰਾਵਾਂਗੇ ਲੋ ਦੋਸਤੋ ਕਬੂਤਰ ਦਾ ਸ਼ੌਂਕ ਕਰੋ ਜੀ ਆ ਕਬੂਤਰ ਦੀ ਅੱਖ ਹੈ ਤੇ ਇਹਦਾ ਬਿਲਕੁਲ ਬਰੀਕ ਤਿੱਲ ਹੈ ਇਹਦਾ ਬਿਲਕੁਲ ਬਰੀਕ ਤਿੱਲ ਹੈ ਡੇਲਾ ਦੇਖੋ ਇਹਨਾਂ ਬਲੈਕ ਵਾਲਾ ਬਿਲਕੁਲ ਬਰੀਕ ਹੈ ਯਾਰ ਤੇ ਆਹ ਦੇ ਪੱਲੇ ਆ ਜੀ ਆ ਲਓ ਜੀ ਆਹ ਪੱਲਾ ਦੇਖੋ ਇਹਦਾ ਕਿੱਡਾ ਜਹਾਜ਼ ਵਰਗਾ ਪੱਲਾ ਇਹਦਾ ਦੇਖੋ ਤੇ ਆਹ ਦਾ ਦੂਜੀ ਸਾਈਡ ਦਾ ਪੱਲਾ ਯਾਰ ਇਹ ਕੱਲਾ ਇਸ ਟਾਈਮ ਇਹੀ ਜੋੜਾ ਲੱਗਿਆ ਰਹਿ ਗਿਆ ਜੀ ਆਪਣੇ ਕੋਲ ਬਾਕੀ ਸਾਰੇ ਆਪਣੇ ਜੋੜੇ ਤੋੜੇ ਹੋਏ ਆਪਣੇ ਸਾਡੇ ਕੋਲ ਸਾਰੇ ਜਿੰਨੇ ਕਬੂਤਰ ਘੁੰਮਦੇ ਪਏ ਸਾਰੇ ਨਾਰ ਬਾਹਰ ਘੁੰਮਦੇ ਪਏ ਜੀ ਆਪਣੇ ਤੇ ਆਹ ਕੱਲਾ ਜੋੜਾ ਲੱਗਿਆ ਰਹਿ ਗਿਆ ਕਿਉਂਕਿ ਇਹਦੇ ਥੱਲੇ ਬੱਚਾ ਵਾ ਤੇ ਕੱਲਾ ਜੋੜਾ ਬਾਈ ਜਿਹਦੇ ਥੱਲੇ ਬੱਚਾ ਬਸ ਤੇ ਬੱਚਾ ਪਾਲਦੇ ਪਏ ਜੀ ਇਸ ਵਾਰ ਇਹਨਾਂ ਨੇ ਕੱਢਿਆ ਬੱਚਾ ਮੇਰੇ ਖਾਣਾ ਸ਼ਾਇਦ ਨੀਲਾ ਹੋਊਗਾ ਜਾਂ ਛਾ ਜਿੰਨਾ ਹੋਊਗਾ ਇੱਕੋ ਬੱਚਾ ਕੱਢਿਆ ਜੀ ਇਹਨਾਂ ਦਾ ਇਹਨਾਂ ਦੇ ਦੋ ਬੱਚੇ ਆ ਜੀ ਇੱਕ ਬੱਚਾ ਮੈਂ ਹੁਣ ਹੀ ਕੱਟ ਕੇ ਹਟਿਆ ਜੀ ਛਾ ਜਿੰਨਾ 10 ਵਾਰ ਸਾਫ਼ ਹੋ ਚੁੱਕਾ ਜੀ ਤੇ ਆਹ ਦੂਜੀ ਸਾਈਡ ਦੀ ਅੱਖ ਦੇਖੋ ਜੀ ਤੁਹਾਨੂੰ ਬੱਚੇ ਦਾ ਵੀ ਸ਼ੌਂਕ ਕਰਾਵਾਂਗੇ ਇਹਦਾ ਤੇ ਇਹ ਕਬੂਤਰ ਲਿਆਂਦਾ ਕਿੱਥੋਂ ਤੁਹਾਨੂੰ ਇਹ ਵੀ ਦੱਸ ਦੇਣਾ ਇਹ ਆਪਣਾ ਆਪਣਾ ਯਾਰ ਦੋਸਤ ਆ ਜੀ ਪਿਆਲੀ ਪਿੰਡ ਤੋਂ ਤੇ ਉਹਦੇ ਕੋਲ ਆਪਾਂ ਕਬੂਤਰ ਲਿਆਂਦੇ 4-5 ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੇ ਇਹ ਕਬੂਤਰ ਵੀ ਆਪਣੇ ਉਹਦੇ ਕੋਲੋਂ ਹੀ ਆਇਆ ਸੀਗਾ ਤੇ ਆ ਲਓ ਜੀ ਇਹਦੇ ਪਹਿਲਾਂ ਪੰਜੇ ਦੇਖੋ ਜੀ ਫਿਰ ਤੁਹਾਨੂੰ ਪਤਾ ਹਿਸਟਰੀ ਦੱਸਦੇ ਆ ਲਓ ਇਹ ਖੁਸ਼ਕ ਤੇ ਜਾਮਣੀ ਪੰਜੇ ਹੈ ਇਹਦੇ ਬਿਲਕੁਲ ਤੇ ਆਹ ਦੇ ਲੋਸ ਆ ਜੀ ਤੇ ਕਹਿਣ ਦੇ ਮੁਤਾਬਕ ਜੀ ਇਹ ਬਾਈ ਨੇ ਦੱਸਿਆ ਸੀ ਕਿ ਜਾਂਟੇ ਵਾਲੇ ਕਬੂਤਰਾਂ ਦੇ ਵਿੱਚੋਂ ਕਬੂਤਰ ਆਈ ਬਣਿਆ ਹੋਇਆ ਇਹ ਜਾਂਟੇ ਵਾਲੇ ਕਬੂਤਰਾਂ 'ਚ ਕਬੂਤਰ ਆਈ ਤੇ ਆਹ ਦੀ ਚੁੰਝ ਦੇਖੋ ਜੀ ਇਹਦੀ ਚੁੰਝ ਦਾ ਭਾਅ ਦੇਖੋ ਕਿੱਡਾ ਸ਼ਾਨਦਾਰ ਕਾਲੀ ਨਹੀਂ ਹੈਗੀ ਇਹਦੇ ਸਵਾਹ ਜੀ ਜਿੱਦਾਂ ਚੁੰਝ ਹੁੰਦੀ ਨਾ ਸਵਾਹ ਗੂੜੀ ਸਵਾਹ ਉੱਦਾਂ ਹੀ ਚੁੰਝ ਆਈ ਇਹਦੀ ਅਤੇ ਬਾਈ ਨੇ ਕਿਹਾ ਸੀ ਕਿ ਜਾਂਟੇ ਵਾਲੇ ਕਬੂਤਰਾਂ ਦੇ ਵਿੱਚੋਂ ਕਬੂਤਰ ਆਈ ਅਤੇ ਆਪਾਂ ਕਬੂਤਰ ਆਪਾਂ ਨੂੰ ਘੱਟੋ ਘੱਟ 4-5 ਕਬੂਤਰ ਦਿੱਤੇ ਸੀ ਆਪਾਂ ਨੂੰ ਕਬੂਤਰ ਆਪਣੇ ਕੋਲ ਸਾਰੇ ਹੀ ਹੈਗੇ ਉਸ ਟਾਈਮ ਅਰੇ ਹਰ ਕਰਕੇ ਦਾਗ ਆਈ ਇੱਥੇ ਬਸ ਅਤੇ ਬੈਕ ਸਾਈਡ ਨੀਚੇ ਲੋਸ ਆਈ ਇਹਦੇ ਹਲੋ ਜੀ ਅਤੇ ਇਹਦੇ ਆਪਣੇ ਕੋਲ ਦੋ ਬੱਚੇ ਆ ਜੀ ਇੱਕ ਬੱਚਾ ਇਹਨਾਂ ਨੇ ਕੱਢਿਆ ਹੈ ਜੀ ਇੱਕ ਬੱਚਾ ਆਪਾਂ ਯਾਨੀ ਕਿ ਉਡਾ ਕੇ ਕੱਟ ਕਰ ਲਿਆ ਸੀਗਾ ਜੀ ਅਤੇ ਉਹ ਜ਼ਿਆਦਾ ਉਡਾਇਆ ਨਹੀਂ ਸੀਗਾ ਜੀ ਉਹ ਬੱਚਾ ਬੜਾ ਆਪਾਂ ਨੂੰ ਚੰਗਾ ਅਤੇ ਪਿਆਰਾ ਲੱਗਿਆ ਸੀ ਇਸ ਕਰਕੇ ਆਪਾਂ ਕੱਟ ਲਿਆ ਸੀ ਉਹ ਜੋੜੇ ਵਾਸਤੇ ਰੋਕ ਲਿਆ ਸੀਗਾ ਅਤੇ ਆ ਜਾਓ ਆਪਾਂ ਤੁਹਾਨੂੰ ਹੁਣ ਕਬੂਤਰੀ ਦਾ ਸ਼ੌਂਕ ਕਰਾਉਂਦੇ ਹਾਂ ਜੀ ਆਹ ਲਓ ਦੋਸਤੋ ਆਹ ਕਬੂਤਰੀ ਦਾ ਸ਼ੌਂਕ ਕਰੋ ਜੀ ਆਹ ਕਬੂਤਰੀ ਹੈ ਸੇਮ ਉਹਦੇ ਨਾਲ ਜੀ ਇਹ ਅੱਖ ਦਾ ਡੇਲਾ ਜੀ ਬਿਲਕੁਲ ਬਰੀਕ ਹੈ ਪਰ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਉਹਦਾ ਬਿਲਕੁਲ ਹੀ ਬਰੀਕ ਹੈ ਜੀ ਅਤੇ ਆਹ ਦਾ ਪੱਲਾ ਬਾਈ ਆ ਲਓ ਕਿੱਡਾ ਵੱਡਾ ਪੱਲਾ ਇਹਦਾ ਵੀ ਬਿਲਕੁਲ ਕਬੂਤਰ ਵਾਂਗ ਪੱਲਾ ਪਰ ਇਹਦੀ ਹਾਈਟ ਛੋਟੀ ਹੈ ਜੀ ਅਤੇ ਆਹ ਪੱਲਾ ਜੀ ਦੇਖੋ ਜਿਹੜਾ ਅਤੇ ਆਹ ਪੂਛ ਹੈ ਜੀ ਇਹਦੀ ਬਿਲਕੁਲ ਕਾਲੀ ਪੂਛ ਹੈ ਜੀ ਇਹਦੀ ਅਤੇ ਆਹ ਦੇ ਪੰਜੇ ਜੀ ਇਹ ਮੋਜ ਪਿਆਰੀ ਹੈ ਜੀ ਅਤੇ ਇਹ ਜਿਹੜੀ ਕਬੂਤਰੀ ਹੈ ਜੀ ਆਪਾਂ ਆਪਣੇ ਭਰਾ ਵਰਮਾ ਪਿਜਨ ਵਾਲੇ ਕੋਲ ਲਿੱਤੀ ਹੈ ਜੀ ਅਤੇ 100 ਕਬੂਤਰ ਆਏ ਸੀਗੇ ਜੀ ਅਤੇ ਵਿੱਚੋਂ ਆਪਾਂ ਇਕੱਲੀ ਆਹੀ ਕਬੂਤਰੀ ਕਢਾਈ ਹੈ ਉਹਦੇ ਕੋਲੋਂ ਅਤੇ ਜੋੜਾ ਜਿਹੜਾ ਸੀਗਾ ਆਪਣੇ ਉਸਤਾਦ ਜੀ ਲਾ ਕੇ ਗਏ ਸੀਗੇ ਅਤੇ ਉਸਤਾਦ ਜੀ ਲਾ ਕੇ ਗਏ ਸੀ ਆਪਣਾ ਜੋੜਾ ਇਹ ਅਤੇ ਬਾਈ ਉਸਤਾਦ ਜੀ ਨੇ ਆਪਾਂ ਨੂੰ ਕਿਹਾ ਵੀ ਸੀਗਾ ਜੀ ਕਿ ਇਹਨਾਂ ਦੇ ਬੱਚੇ ਜਾਣਗੇ ਨਹੀਂ ਕਿਤੇ ਅਤੇ ਇੱਕ ਇਹਨਾਂ ਦੇ ਬੱਚਿਆਂ ਦੀ ਖਾਸ ਚੀਜ਼ ਇੰਨੀ ਹੈਗੀ ਜਦੋਂ ਇਹਨਾਂ ਦੇ ਬੱਚੇ ਕਲੀ ਵੀ ਨਹੀਂ ਲੱਗੇ ਹੁੰਦੇ ਉਸ ਤੋਂ ਕਲੀਆਂ ਤੋਂ ਪਹਿਲਾਂ ਹੀ ਬੱਚੇ ਰਖਵਾਲੀਆਂ ਪੂਰੀਆਂ ਅੱਖਾਂ ਸਾਫ਼ ਕਰ ਜਾਂਦੇ ਜੀ ਪੂਰਾ ਆਪਣਾ ਡੇਲਾ ਸਾਫ਼ ਕਰ ਜਾਂਦੇ ਜੀ ਦੂਰੋਂ ਪਤਾ ਲੱਗ ਜਾਂਦਾ ਜੀ ਹਾਂ ਜੀ ਆਹ ਕਬੂਤਰ ਆਹ ਅੱਖ ਦਾ ਬਣੂਗਾ ਜੀ ਅਤੇ ਅਤੇ ਆਪਾਂ ਨੂੰ ਕਬੂਤਰੀ ਬੜੀ ਪਿਆਰੀ ਲੱਗੀ ਸੀ ਜੋ ਵਰਮਾ ਪਿਜਨ ਫਾਰਮ ਵਾਲੇ ਆਪਾਂ ਵੀਡੀਓ ਦੇਖੀ 100 ਕਬੂਤਰਾਂ ਜੋ 100 ਕਬੂਤਰ ਆਏ ਸੀਗੇ ਅਤੇ ਆਪਾਂ ਸਿਰਫ ਆਹੀ ਕਬੂਤਰੀ ਉਹ ਕੋਲ ਮੰਗੀ ਸੀਗੀ ਅਤੇ ਆਪਣੇ ਉਸਤਾਦ ਜੀ ਨੇ ਵੀ ਕਿਹਾ ਸੀ ਕਹਿੰਦੇ ਕਬੂਤਰੀ ਬਹੁਤ ਜ਼ਿਆਦਾ ਚੰਗੀ ਹੈ ਅਤੇ ਆਹ ਕਬੂਤਰ ਨਾਲ ਜੋੜਾ ਲਾ ਕੇ ਗਏ ਸੀਗੇ ਆਪਣਾ ਅਤੇ ਉਸਤਾਦ ਜੀ ਨੇ ਕਿਹਾ ਵੀ ਸੀਗਾ ਕਹਿੰਦੇ ਇਹਨਾਂ ਦੇ ਬੱਚੇ ਜਾਣਗੇ ਨਹੀਂ ਕਿਤੇ ਅਤੇ ਸਿਆਣੇ ਵੀ ਬੜੇ ਹੋਣਗੇ ਜੀ ਅਤੇ ਬੱਚਾ ਇਹਨਾਂ ਦਾ ਇੱਕ ਆਪਾਂ ਛੱਡਾਂਗੇ ਜੀ ਹੁਣ ਤੁਹਾਨੂੰ ਇਹਦਾ ਬੱਚਾ ਦਿਖਾਉਣਾ ਇਸ ਵਾਰ ਇਹਨੇ ਬਿਲਕੁਲ ਚਿੱਟਾ ਹੀ ਬੱਚਾ ਕੱਢਿਆ ਸੀਗਾ ਜੀ ਦੋ ਬੱਚੇ ਕੱਢੇ ਬਿਲਕੁਲ ਚਿੱਟੇ ਇੱਕ ਆਪਣੇ ਕੋਲ ਯਾਨੀ ਕਿ ਮਰ ਗਿਆ ਅਤੇ ਇੱਕ ਆਪਣੇ ਕੋਲ ਹੈਗਾ ਵਾ ਜੀ ਤੁਹਾਨੂੰ ਬੱਚਾ ਦਿਖਾਉਣਾ ਇਹ ਬੱਚਾ ਬੜਾ ਹੀ ਲੰਬਾ ਬੱਚਾ ਇਹ ਬੱਚੇ ਲੰਬੇ ਲੰਬੇ ਹੁੰਦੇ ਬਿਲਕੁਲ ਬੱਚੇ ਅਤੇ ਇੱਕ ਆਹ ਕਬੂਤਰੀ ਦੀ ਖਾਸੀਅਤ ਹੈ ਜੀ ਇਹ ਵੇਟ ਆਪਣਾ ਜਿਹੜਾ ਨਾ ਹੈਵੀ ਨਹੀਂ ਕਰਦੀ ਵੇਟ ਬਿਲਕੁਲ ਹੀ ਮੇਨਟੇਨ ਰੱਖਦੀ ਜੀ ਕਬੂਤਰ ਜਿਹੜਾ ਵੇਟ ਆਪਣਾ ਚੱਕ ਲੈਂਦਾ ਵਾ ਕਬੂਤਰੀ ਨਹੀਂ ਵੇਟ ਆਪਣਾ ਜਿਹੜਾ ਚੱਕਦੀ ਹੈਗੀ ਕਬੂਤਰੀ ਇੰਨਾ ਕਿ ਵੇਟ ਰੱਖਦੀ ਹੈ ਇੰਨੀ ਕੁ ਰਹਿੰਦੀ ਵੇਟਲੈਸ ਇਹ ਵੀ ਬਿਲਕੁਲ ਅਤੇ ਆਜੋ ਮੈਂ ਤੁਹਾਨੂੰ ਇਹਦੇ ਬੱਚੇ ਦਾ ਸ਼ੌਂਕ ਕਰਾਉਣਾ ਪਹਿਲਾਂ ਵੱਡੇ ਬੱਚੇ ਦਾ ਸ਼ੌਂਕ ਕਰਾਉਣਾ ਫਿਰ ਤੁਹਾਨੂੰ ਛੋਟੇ ਬੱਚੇ ਦਾ ਸ਼ੌਂਕ ਕਰਾਵਾਂਗੇ ਜੀ ਆਹ ਲਓ ਜੀ ਆਹ ਇਹਦੇ ਵੱਡੇ ਬੱਚੇ ਦਾ ਸ਼ੌਂਕ ਕਰੋ ਜੀ ਇਹਦੀ ਅੱਖ ਮੈਨੂੰ ਬੜੀ ਪਿਆਰੀ ਲੱਗਦੀ ਹੈ ਇਹਦੀ ਅੱਖ ਜਿਹੜੀ ਹੈਗੀ ਬਿਲਕੁਲ ਹੀ ਪਿਓ 'ਤੇ ਗਈ ਆ ਜੀ ਬਿਲਕੁਲ ਪਿਓ 'ਤੇ ਆ ਜੀ ਬਿਲਕੁਲ ਸਾਫ਼ ਡੇਲਾ ਆ ਜੀ ਪੀਲੀ ਅੱਖਾਂ ਦੇ ਵਿੱਚ ਬਿਲਕੁਲ ਸਾਫ਼ ਡੇਲਾ ਆਹ ਲਓ ਜੀ ਬਿਲਕੁਲ ਸਾਫ਼ ਡੇਲਾ ਅੱਖ ਦੇਖੋ ਜੀ ਅੱਖ ਮੈਨੂੰ ਬੜਾ ਹੀ ਪਿਆਰਾ ਜਦੋਂ ਬਚਪਨ ਦੇ ਵਿੱਚ ਸੀ ਮੈਂ ਉਹਦੇ ਕਿਹਾ ਸੀ ਮੈਂ ਕਿਹਾ ਇਹਨੂੰ ਉਡਾਉਣਾ ਨਹੀਂ ਆਪਾਂ ਜ਼ਿਆਦਾ ਇਹਨੂੰ ਰੋਕਾਂਗੇ ਬਸ ਇਹਨੂੰ ਮੈਂ ਉਡਾਇਆ ਵੀ ਯਾਨੀ ਕਿ 2 ਹਫ਼ਤੇ ਹੀ ਉਡਾਇਆ ਸੀਗਾ ਜੀ ਅਤੇ ਫਿਰ ਮੈਂ ਬੰਦ ਕਰ ਲਿਆ ਸੀ ਉਡਾਉਣਾ ਬਿਲਕੁਲ ਇਹ ਸ਼ਾਹ ਸੀਗਾ ਜੀ ਬਸ ਇਹਦੇ ਇੱਕ ਸਾਈਡ 'ਤੇ ਇਹਦਾ ਪਰ ਸੀਗਾ ਜਿਹੜਾ
ਇੱਥੇ ਬਸ ਇੱਕੋ ਹੀ ਪਰ ਚਿੱਟਾ ਸੀਗਾ, ਪੂਰਾ ਸ਼ਾਹ ਸੀਗਾ ਚਾਹ, ਹੁਣ ਇਹ ਸ਼ਾਹ ਜਿੰਨਾ ਬਣ ਗਿਆ। ਇਹ ਮੈਂ ਅੱਜੇ ਹੀ ਅਤੇ ਹੁਣੀ ਕੱਟਿਆ ਜੀ, ਇਹ ਥੋੜ੍ਹੀ ਦੇਰ ਪਹਿਲਾਂ ਹੀ। ਆਹ ਲਓ ਜੀ, 10 ਪਰ ਪੂਰੇ ਸਾਫ ਕਰ ਚੁੱਕਾ ਜੀ, ਹਲੋ ਪੂਰਾ ਨਰ ਬਣ ਗਿਆ ਵੱਡਾ। ਇਹ ਜੀ ਬਿਲਕੁਲ ਇਹਦਾ ਜਿਹੜਾ ਵਜੂਦ ਆ ਨਾ, ਬਿਲਕੁਲ ਹੀ ਕਬੂਤਰੀ 'ਤੇ ਗਿਆ ਵਾ, ਅਤੇ ਸਾਰਾ ਕੁਛ ਇਹਦਾ ਕਬੂਤਰੀ 'ਤੇ ਗਿਆ। ਪਰ ਇਹ ਜਿਹੜੇ ਆਪਣੇ ਵਿੱਚੋਂ ਜਿਹੜੀ ਬਣਿਆ ਹੈ ਕਬੂਤਰ ਹੈ ਜੀ, ਅਤੇ ਇੱਕ ਬਸ ਸਿਰਫ ਆਪਣੀ ਅੱਖ ਜਿਹੜੀ ਹੈ ਇਹ ਕਬੂਤਰ 'ਤੇ ਲੈ ਕੇ ਗਿਆ ਵਾ, ਬਾਕੀ ਸਭ ਕੁਛ ਇਹ ਕਬੂਤਰੀ 'ਤੇ ਲੈ ਕੇ ਗਿਆ ਜੀ। ਚੱਲ ਕਈ ਲੋਕ ਕਹਿੰਦੇ ਹੋਣਗੇ ਕਿ ਆਹ ਕਬੂਤਰੀ ਵੀ ਹੈ, ਸੇਮ ਕਬੂਤਰੀ ਦਿਖਾਉਂਦਾ। ਨਹੀਂ ਭਾਈ, ਕਬੂਤਰੀ ਨਹੀਂ ਇਹ, ਕਬੂਤਰੀ ਕੱਟ ਕਬੂਤਰੀ ਲੈ ਸੀਗੀ ਅਤੇ ਕਬੂਤਰ ਕੱਟ, ਅਤੇ ਕਬੂਤਰੀ ਦੇ ਇੱਧਰ ਖਨੀ ਕੰਨੀਆਂ ਜਿਹੜੀਆਂ ਉਹ ਕਾਲੀਆਂ ਨੇ ਆਪਣੀਆਂ, ਇਹ ਪੂਰੀਆਂ ਚਿੱਟੀਆਂ ਹੀ ਇਸ। ਅਤੇ ਆਹ ਲਓ ਜੀ, ਆਹ ਜੀ ਪੂਛ ਹੈ ਜੀ, ਆਹ ਲਓ, ਅਤੇ ਆਹ ਲਓ ਜੀ ਇਹਦਾ ਇਹ ਨਲੀ ਪੈਰਾ ਭਾਈ, ਆਹ ਲਓ, ਅਤੇ ਪੰਜੇ ਦੇਖੋ ਜੀ ਇਹਦੇ, ਇਹਦੇ ਪੰਜੇ ਬਿਲਕੁਲ ਪਿਓ 'ਤੇ ਜੀ, ਬਿਲਕੁਲ ਪਿਓ 'ਤੇ, ਬਿਲਕੁਲ ਕਾਲੇ ਸ਼ਾਹ ਨਾਖੂਨ ਆ ਜੀ ਇਹਦੇ, ਹੱਡੀ ਜੋੜ ਬਿਲਕੁਲ ਪਰਫੈਕਟ ਆ ਜੀ। ਅਤੇ ਬਸ ਇਹਦੇ ਵਾਸਤੇ ਹੁਣ ਆਪਾਂ ਕਬੂਤਰੀ ਦੇਖਾਂਗੇ ਜੀ, ਜੇ ਕਿਸੇ ਬਾਈ ਕੋਲੋਂ ਕੋਈ ਵਧੀਆ ਜੀ ਲਾ, ਜਾਂ ਤਾਂ ਲਾਲ ਚੀਨੀ ਕਬੂਤਰੀ ਲਾਵਾਂਗੇ ਜੀ ਇਹਨਾਂ, ਅਤੇ ਜਾਂ ਪੂਰੀ ਤੱਤੀ ਕਬੂਤਰੀ ਲਾਵਾਂਗੇ। ਕਬੂਤਰੀ ਤਾਂ ਇੱਕ ਆਪਣੇ ਕੋਲ ਹੈਗੀ ਹੈ ਨੀਲੀ ਚੀਨੀ ਘਰ ਦੀ, ਪਰ ਨਹੀਂ ਉਹ ਆਪਾਂ ਉਡਾਉਣ ਵਾਸਤੇ ਰੱਖੀ, ਇਸ ਕਰਕੇ ਨਹੀਂ ਲਾਉਣੀ ਇਹਨਾਂ, ਅਤੇ ਇਸ ਕਰਕੇ ਆਪਾਂ ਕਬੂਤਰੀ ਕਿਤੋਂ ਲਿਆ ਕੇ ਵਧੀਆ ਜੋੜੇ ਦੀ ਲਾ ਕੇ ਲਿਆਵਾਂਗੇ ਇਹਨਾਂ, ਲਾਵਾਂਗੇ ਇਹ, ਤਾਂ ਫਿਰ ਰਿਜ਼ਲਟ ਪਿਓ ਨਾਲ ਵੀ ਵਧੀਆ ਰਿਜ਼ਲਟ ਦਊਗਾ ਜੀ ਇਹ। ਇਹਦਾ ਪੱਲਾ ਦੇਖੋ ਜੀ, ਇਹਦਾ ਪੱਲਾ ਨਾ ਪਿਓ ਅਤੇ ਨਾ ਮਾਂ 'ਤੇ, ਦੋਨਾਂ ਨੂੰ ਵੱਡਾ ਪੱਲਾ ਹੀ ਇਹਦਾ। ਅਤੇ ਆ ਜਾਓ ਆਪਾਂ ਤੁਹਾਨੂੰ ਇਹਦੇ ਦੂਜੇ ਬੱਚੇ, ਇੱਕ ਭਰਾ ਦਾ ਹੋਰ ਦਾ ਸ਼ੌਂਕ ਕਰਾਉਂਦਾ ਹਾਂ, ਅਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਦਾਂ ਦਾ ਬੱਚਾ ਵੀ ਕੱਢ ਸਕਦੇ ਜੀ। ਹੈਲੋ ਜੀ, ਆਹ ਇਹਦੇ ਬੱਚੇ ਦਾ ਸ਼ੌਂਕ ਕਰੋ ਜੀ, ਦੇਖੋ ਜੀ, ਕੋਈ ਕਹਿ ਤਾ ਜੀ ਆ ਬੱਚਾ ਇੱਦਾਂ ਦਾ ਕੱਢ ਸਕਦੇ, ਚਿੱਟਾ ਬਿਲਕੁਲ ਚਿੱਟਾ ਬੱਚਾ, ਲਓ ਬੱਚਾ ਦੇਖੋ ਜੀ, ਲਓ ਕਾਲੀਆਂ ਦਾ ਭਾਈ, ਇਹਨੇ ਅੱਖ ਨਹੀਂ ਸਾਫ ਕਰਨੀ, ਕਾਲੀਆਂ ਦਾ ਹੀ ਆ, ਇਹਨੇ ਕਾਲੀਆਂ ਦਾ ਹੀ ਰਹਿਣਾ ਜੀ। ਆਹ ਲਓ, ਆਹ ਕਾਲੀਆਂ ਦਾ ਇਹ ਕਬੂਤਰ ਆ ਜੀ, ਬੱਠਾ ਦੇਖੋ ਜੀ, ਇਵੇਂ ਖਾਣਾ ਪਹਿਲੀ ਦੂਜੀ ਗਲੀਆਂ ਦਾ ਹੋਣਾ ਹੈ ਜੀ, ਦੂਜੀ ਗਲੀ ਦਾ ਹੀ ਆ ਜੀ। ਇਹ ਉਡਾਉਣਾ ਨਹੀਂ ਸ਼ੁਰੂ ਕੀਤਾ, ਜਾਣੀ ਕਿ ਛਤਰੀ 'ਤੇ ਬਹਿੰਦਾ, ਛਤਰੀ 'ਤੇ ਗਿੜੀ ਗੁੜੀ ਪਾ ਕੇ ਬਹਿੰਦਾ ਜੀ, ਆਪਾਂ ਕਬੂਤਰ ਉਡਾਈਦਾ ਨਹੀਂ ਭਾਈ, ਛਤਰੀ 'ਤੇ ਬੈਠਾ ਜਿਹੜਾ ਕਬੂਤਰ ਗਿੜੀਆਂ ਗੁੜੀਆਂ ਪਾ ਕੇ ਆਪਣੇ ਬਹਿਣ ਲੱਗ ਗਿਆ ਨਾ, ਸਮਝ ਲਓ ਜਾਂਦਾ ਨਹੀਂ ਕਿਤੇ, ਫਿਰ ਆਪਣੇ ਆਪ ਉੱਡਣ ਲੱਗ ਜਾਂਦਾ ਕਬੂਤਰ, ਜੋ ਬੱਚਿਆਂ ਦਾ ਧੱਕਾ ਸ਼ਾਹੀ ਕਰਦੇ ਨਾ ਆਪਾਂ, ਅਤੇ ਜਦੋਂ ਆਪਾਂ ਬੱਚਿਆਂ ਦਾ ਧੱਕਾ ਸ਼ਾਹੀ ਕਰਦੇ ਹਾਂ ਜੀ, ਅਤੇ ਫਿਰ ਬੱਚੇ ਨਿਕਲ ਜਾਂਦੇ ਜੀ। ਆਹ ਪੱਲਾ ਦੇਖੋ, ਇਹਦਾ ਪੱਲਾ ਦੇਖੋ, ਕਿੰਨਾ ਸ਼ਾਨਦਾਰ ਪੱਲਾ ਜੀ, ਅਤੇ ਪਰ ਦੇਖੋਗੇ ਬਿਲਕੁਲ ਟ੍ਰਾਂਸਪੇਰੈਂਟ ਆ, ਦੇਖੋ ਉਂਗਲ ਦੇਖਦੀ ਹਰ ਪਰ ਬਿਲਕੁਲ ਪਤਲੇ ਪਾ ਰਹੇ, ਉੜੂਗਾ ਤਾਂ ਬੜਾ ਉੜੂਗਾ ਜੀ, ਜਹਾਜ਼ ਬਣੂਗਾ ਜੀ। ਆਹ ਪੱਲਾ ਦੇਖੋ ਦੂਜੀ ਸਾਈਡ ਦਾ, ਆਹ ਦੂਜੀ ਸਾਈਡ ਦਾ ਪੱਲਾ ਜੀ, ਆਹ ਦੇਖੋ ਕਿੱਥੇ ਜਾ ਕੇ ਲੱਗਦਾ, ਬਿਲਕੁਲ ਪਰਾਂ ਅਤੇ ਪਰ ਚੱਲਦੇ ਪਏ, ਚੱਲ ਪਰਾਂ ਜੀ ਟ੍ਰਾਂਸਪੇਰੈਂਟ ਦੇਖੋਗੇ, ਆਹ ਦੇਖੋ ਕਿੰਨੀ ਟ੍ਰਾਂਸਪੇਰੈਂਟ, ਤੁਹਾਨੂੰ ਇੱਥੇ ਪਤਾ ਲੱਗਦਾ ਹੋਣਾ ਪੱਲਾਂ ਦੀ ਟ੍ਰਾਂਸਪੇਰੈਂਟ ਕੀ ਹੈ ਜੀ, ਚੱਲ ਅਤੇ ਆਹ ਜੀ ਪੂਛ ਆ ਜੀ, ਅਤੇ ਹੱਥ ਜਿਹਾ ਅਨਕੰਫਰਟੇਬਲ ਫੀਲ ਕਰਦੇ, ਆਪਾਂ ਕਦੀ ਫੜੇ ਨਹੀਂ ਹੈਗੇ ਜੀ ਇਹ, ਅਤੇ ਆਹ ਪੰਜੇ ਜੀ, ਬਲੱਡ ਨਿਕਲਦਾ ਪਿਆ ਜੀ ਇਹਦੇ, ਸ਼ਾਇਦ ਮੇਰੇ ਨਿਕਲਦਾ, ਮੇਰੇ ਨਿਕਲਦਾ ਪਿਆ ਜੀ, ਮੇਰੇ ਲੱਗ ਗਿਆ ਜੀ ਹੱਥ 'ਤੇ ਕੁਛ ਇਸ ਕਰਕੇ। ਅਤੇ ਮੈਂ ਵੀ ਨਹੀਂ ਸੋਚਿਆ ਸੀ, ਜਦੋਂ ਬੱਚਾ ਨਿਕਲਿਆ ਸੀ ਨਾ, ਮੈਂ ਨਹੀਂ ਸੋਚ ਸਕਦਾ ਜੀ, ਮੈਂ ਕਿਹਾ ਯਾਰ ਚਿੱਟੇ ਬੱਚੇ ਕਿੱਦਾਂ ਕੱਢ ਦਿੱਤੇ, ਪਰ ਨਹੀਂ ਕੱਢਦੇ ਜੀ, ਪਤਾ ਲੱਗ ਗਿਆ ਜੀ। ਅਤੇ ਤੁਹਾਨੂੰ ਆਪਣਾ ਜੋੜਾ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸਣਾ,